ਉਹ ਛੱਤੀਸਗੜ੍ਹ ਤੋਂ ਲਾਹੌਰ ਜਾ ਰਹੀ ਸੀ, ਉਹਦਾ ਪੰਜਵਾਂ ਬੱਚਾ ਸੀ, ਪਹਿਲਾਂ ਉਹਦੇ ਦੋ ਜ਼ਿੰਦਾ ਬੱਚੇ ਨੇ, ਅਤੇ ਉਹ ਉਮਰ ਕਰੀਬਨ 32 ਸਾਲ, ਅਤੇ ਉਹਨੂੰ ਕਿਤੇ ਲੁਧਿਆਣੇ ਦੇ ਨੇੜੇ ਉਹਨੂੰ ਮਤਲਬ ਲੀਕਿੰਗ ਸ਼ੁਰੂ ਹੋ ਗਈ। ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ, ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ 'ਚ ਪਹੁੰਚ ਜਾਵਾਂਗੇ, ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ, ਕਿਉਂਕਿ ਇਹਦੇ ਹਸਬੈਂਡ ਪਾਕਿਸਤਾਨੀ ਸੀ, ਆਪ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ। ਕੌਜ਼ ਜਦੋਂ ਵੀ ਆਉਂਦੀ ਹੈ ਅਸੀਂ ਇਹ ਨਹੀਂ ਦੇਖਦੇ ਕੋਈ ਪਾਕਿਸਤਾਨ ਦਾ ਕੋਈ ਇਸਦਾ, ਕਿਉਂਕਿ ਸਾਡੇ ਲਈ ਤਾਂ ਇਨਸਾਨੀਅਤ ਦੇ ਨਾਤੇ ਅਸੀਂ ਉਹਨੂੰ ਪੇਸ਼ੈਂਟ ਨੂੰ ਚੱਕਣਾ। ਕੋਸ਼ਿਸ਼ ਸਾਡੀ ਹੈ ਕਿ ਪਾਕਿਸਤਾਨ ਜਾ ਕੇ ਡਿਲੀਵਰੀ ਹੋਏ, ਪਰ ਉਹਦੀ ਹਾਲਤ ਇੰਨੀ ਜ਼ਿਆਦਾ ਐਡਵਾਂਸ ਲੇਬਰ 'ਚੋਂ ਜਾ ਚੁੱਕੀ ਸੀ ਕਿ ਉਹਦੀ ਮਤਲਬ ਇਸ ਤਰ੍ਹਾਂ ਉਹਦੀ ਡਿਲੀਵਰੀ ਇੱਥੇ ਹੀ ਹੋ ਗਈ ਕਿ ਇੰਨਾ ਵੇਟ ਕਰਨ ਦਾ ਵਕਤ ਨਹੀਂ ਸੀਗਾ। ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ, ਇੰਡੀਅਨ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ। ਤਕਰੀਬਨ ਦੁਪਹਿਰੇ 2 ਵਜੇ ਦੇ ਆਲੇ ਦੁਆਲੇ ਉਹਦੇ ਇੱਕ ਹੈਲਦੀ ਬੇਬੀ ਗਰਲ ਡਿਲੀਵਰ ਹੋਈ ਹੈ, ਅਤੇ ਮਾਂ ਅਤੇ ਬੱਚੇ ਦੀ ਹਾਲਤ ਬਿਲਕੁਲ ਤੰਦਰੁਸਤ ਅਤੇ ਠੀਕ ਠਾਕ ਹੈ। 5ਵਾਂ ਬੱਚਾ ਸੀ ਇਹਦਾ, 2 ਪਹਿਲਾਂ ਨੋਰਮਲ ਸੀ, 2 ਅਬੋਰਸ਼ਨ ਸੀਗੇ। ਇਹ ਲੇਬਰ ਪੇਨਸ ਵਿੱਚ ਆਈ, ਆਪਣੇ ਕੋਲ ਇਹਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ। ਉਹਨੂੰ ਅਸੀਂ ਇਸ ਹਾਲਤ ਵਿੱਚ ਕੱਲ੍ਹ ਭੇਜ ਨਹੀਂ ਸੀ ਸਕਦੇ, ਕਿਉਂਕਿ ਆਲਰੇਡੀ ਉਹਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਐਡਵਾਂਸ ਲੇਬਰ ਦੇ ਵਿੱਚ ਸੀਗੀ ਉਹ, ਅਤੇ ਬਾਈ ਚਾਂਸ ਹੁੰਦੇ ਅਸੀਂ ਛੁੱਟੀ ਦੇ ਦਿੰਦੇ ਰਸਤੇ 'ਚ ਕਿਸੇ ਆਟੋ 'ਚ ਕਿਸੇ ਰਿਕਸ਼ਾ 'ਚ ਡਿਲੀਵਰ ਕਰ, ਉਹਦੇ ਨਾਲ ਬੈਟਰ ਹੈ ਕਿ ਸਾਡੇ ਹੋਸਪਿਟਲ 'ਚ ਸੇਫਲੀ ਸਾਡੇ ਡਾਕਟਰਸ ਨੇ ਉਹਨੂੰ ਸੰਭਾਲ ਲਿਆ ਲਾਹੌਰ, ਤਾਂ ਕਿ ਇਹਦੀ ਨਾਗਰਿਕਤਾ ਨਾ ਬਦਲੇ ਬੱਚੀ ਦੀ। ਪਾਕਿਸਤਾਨ ਦੀ ਰਹਿਣ ਵਾਲੀ ਮੈਰਿਸ਼ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ। ਦੱਸੀਏ ਕਿ ਮੈਰਿਸ਼ ਆਗਰਾ ਤੋਂ ਲਾਹੌਰ ਸਮਝੌਤਾ ਐਕਸਪ੍ਰੈਸ ਟ੍ਰੇਨ ਦੇ ਵਿੱਚ ਜਾ ਰਹੀ ਸੀ ਤਾਂ ਜੋ, ਤੇ ਜਦੋਂ ਉਹ ਲੁਧਿਆਣਾ ਨੇੜੇ ਪਹੁੰਚੀ ਤਾਂ ਉਸ ਦੇ ਦਰਦ ਹੋਣ ਲੱਗ ਪਈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ। ਇੱਥੇ ਦੱਸ ਦਈਏ ਕਿ ਮੈਰਿਸ਼ ਵੱਲੋਂ ਇਸ ਬੱਚੀ ਨੂੰ ਪਾਕਿਸਤਾਨ ਦੇ ਵਿੱਚ ਜਨਮ ਦਿੱਤਾ ਜਾਣਾ ਸੀ ਤਾਂ ਕਿ ਉਸ ਦੀ ਨਾਗਰਿਕਤਾ ਨਾ ਬਦਲੇ, ਪਰ ਹਾਲਾਤਾਂ ਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਉਸ ਦੀ ਡਿਲੀਵਰੀ ਕੀਤੀ ਗਈ ਅਤੇ SMO ਨੇ ਦੱਸਿਆ ਕਿ ਬੱਚਾ ਅਤੇ ਮਾਂ ਦੋਵੇਂ ਸੇਫ ਨੇ। ਇੱਕ ਲੜਕੀ ਜਿਹੜੀ ਪਾਕਿਸਤਾਨ ਤੋਂ ਆਈ ਸੀ, ਉਹਦੀ ਕਹਿੰਦੇ ਡਿਲੀਵਰੀ ਹੋਈ ਆ, ਉਹਨੂੰ ਟ੍ਰੇਨ ਦੇ ਵਿੱਚੋਂ ਐਮਰਜੈਂਸੀ 'ਚ ਲੈ ਕੇ ਆਏ ਸੀਗੇ। ਕੀ ਕੇਸ ਸੀਗਾ, ਕੀ ਪੂਰਾ ਮਾਮਲਾ ਜੀ? ਮੈਂ ਇਹਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹਾਂਗੀ ਕਿ ਉਹ ਲੇਡੀ ਮੈਰਿਸ਼, ਜਿਵੇਂ ਕਿ ਸਾਰਾ ਅਸੀਂ ਪਤਾ ਕਰਵਾਇਆ, ਉਹ ਛੱਤੀਸਗੜ੍ਹ ਤੋਂ ਲਾਹੌਰ ਜਾ ਰਹੀ ਸੀ, ਅਤੇ ਉਹਨੂੰ ਜਦੋਂ ਉਹ ਮਤਲਬ ਉਹਦਾ 5ਵਾਂ ਬੱਚਾ ਸੀ, ਪਹਿਲਾਂ ਉਹਦੇ 2 ਜ਼ਿੰਦਾ ਬੱਚੇ ਨੇ, ਅਤੇ ਉਹ ਉਮਰ ਕਰੀਬਨ 32 ਸਾਲ, ਅਤੇ ਉਹਨੂੰ ਕਿਤੇ ਲੁਧਿਆਣੇ ਦੇ ਨੇੜੇ ਉਹਨੂੰ ਮਤਲਬ ਲੀਕਿੰਗ ਸ਼ੁਰੂ ਹੋ ਗਈ, ਅਤੇ ਇੱਥੇ ਉਤਰ ਕੇ ਰੇਲਵੇ ਪੁਲਿਸ ਨੇ ਰੇਲਵੇ ਵਾਲਿਆਂ ਨੇ ਸੰਵੇਦਨਾ ਦੀ ਐਂਬੂਲੈਂਸ ਬੁਲਾ ਕੇ ਸੰਵੇਦਨਾ ਦੇ ਥਰੂ 11 ਤਰੀਕ ਨੂੰ 10-11 ਵਜੇ ਸਾਡੇ ਕੋਲ ਉਹਨੂੰ ਪਹੁੰਚਾ ਦਿੱਤਾ, ਅਤੇ ਉਹਦਾ ਉਪਚਾਰ ਸ਼ੁਰੂ ਹੋ ਗਿਆ। ਅਤੇ ਕਰੀਬਨ ਦੁਪਹਿਰੇ 2 ਵਜੇ ਦੇ ਆਲੇ ਦੁਆਲੇ ਉਹਦੇ ਇੱਕ ਹੈਲਦੀ ਬੇਬੀ ਗਰਲ ਡਿਲੀਵਰ ਹੋਈ ਹੈ, ਅਤੇ ਮਾਂ ਅਤੇ ਬੱਚੇ ਦੀ ਹਾਲਤ ਬਿਲਕੁਲ ਤੰਦਰੁਸਤ ਅਤੇ ਠੀਕ ਠਾਕ ਹੈ। ਅਤੇ ਆਪਣਾ ਕੀ ਕਹਿੰਦੇ ਨੇ, ਜਿਵੇਂ ਨੋਰਮਲ ਡਿਲੀਵਰੀ ਦੇ ਵਿੱਚ ਇਹ ਗਾਈਡਲਾਈਨਸ ਹੁੰਦੀਆਂ ਕਿ 48 ਘੰਟੇ ਵਾਚ ਕਰਨਾ ਹੁੰਦਾ ਕਿ ਮਾਂ ਅਤੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ, ਅਤੇ ਉਸ ਤੋਂ ਬਾਅਦ 48 ਘੰਟੇ ਕੱਲ੍ਹ ਪੂਰੇ ਹੋ ਜਾਣਗੇ, ਉਹਨਾਂ ਨੂੰ ਸੇਫ ਐਂਡ ਸਾਊਂਡ ਛੁੱਟੀ ਦੇ ਦਿੱਤੀ ਜਾਏਗੀ। ਮੈਮ, ਜਿਸ ਤਰ੍ਹਾਂ ਜਿਹੜੀ ਇਹ ਲੜਕੀ ਉੱਥੇ ਕਹਿੰਦੇ ਵੀ ਪਾਕਿਸਤਾਨ ਵਿਆਹੀ ਹੋਈ ਹੈ, ਬੇਸ਼ੱਕ ਜਿਹੜੀ ਇੰਡੀਆ ਨੂੰ ਬਿਲੋਂਗ ਕਰਦੀ ਹੈ, ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੋਈ ਪਾਕਿਸਤਾਨ 'ਚ ਬੱਚੇ ਦਾ ਜਨਮ ਜਾਂ ਕੋਈ ਗੱਲ? ਹਾਂਜੀ, ਇਸ ਤਰ੍ਹਾਂ ਸੀਗਾ ਕਿ ਜਿਵੇਂ ਮੈਨੂੰ ਮੇਰੇ ਇਹਨਾਂ ਤੋਂ ਪਤਾ ਚੱਲਿਆ ਮੇਰੇ ਡਾਕਟਰਸ ਤੋਂ ਕਿ ਵੀ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ, ਕੋਸ਼ਿਸ਼ ਸਾਡੀ ਹੈ ਕਿ ਪਾਕਿਸਤਾਨ ਜਾ ਕੇ ਡਿਲੀਵਰੀ ਹੋਏ, ਪਰ ਉਹਦੀ ਹਾਲਤ ਇੰਨੀ ਜ਼ਿਆਦਾ ਐਡਵਾਂਸ ਲੇਬਰ 'ਚੋਂ ਜਾ ਚੁੱਕੀ ਸੀ ਕਿ ਉਹਦੀ ਮਤਲਬ ਇਸ ਤਰ੍ਹਾਂ ਉਹਦੀ ਡਿਲੀਵਰੀ ਇੱਥੇ ਹੀ ਹੋ ਗਈ ਕਿ ਇੰਨਾ ਵੇਟ ਕਰਨ ਦਾ ਵਕਤ ਨਹੀਂ ਸੀਗਾ। ਨਹੀਂ, ਨਾਗਰਿਕਤਾ ਦਾ ਤਾਂ ਫਿਰ ਇਹ ਹੈ ਨਾ ਕਿ ਉਹ ਲੇਬਰ 'ਚ ਟ੍ਰੇਨ 'ਚ ਹੀ ਚਲੀ ਗਈ, ਅਤੇ ਇਹ ਤਾਂ ਫਿਰ ਸਾਡੇ ਡਾਕਟਰਸ ਦਾ, ਸਾਡੇ ਹੋਸਪਿਟਲ ਦਾ ਇਹਦੇ ਵਿੱਚ ਕੁਛ ਨਹੀਂ ਹੈ, ਇਹ ਡਿਲੇ ਫਿਰ ਪਿੱਛੋਂ ਹੀ ਹੋਇਆ। ਜੇਕਰ ਉਹ ਮਤਲਬ
ਥੋੜ੍ਹਾ ਤਬੀਅਤ ਦਾ ਉਹਨੂੰ ਆਪਦੀ ਦਾ ਪਤਾ ਹੁੰਦਾ, ਉਹ ਪਹਿਲਾਂ ਵੀ ਜਾ ਸਕਦੀ ਸੀਗੀ, ਪਰ ਹੁਣ ਉਹਨੂੰ ਅਸੀਂ ਇਸ ਹਾਲਤ ਵਿੱਚ ਕੱਲ੍ਹ ਭੇਜ ਨਹੀਂ ਸੀ ਸਕਦੇ ਕਿਉਂਕਿ ਆਲਰੇਡੀ ਉਹਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਐਡਵਾਂਸ ਲੇਬਰ ਦੇ ਵਿੱਚ ਸੀਗੀ ਉਹ, ਅਤੇ ਬਾਈ ਚਾਂਸ ਹੁਣ ਅਸੀਂ ਛੁੱਟੀ ਦੇ ਦਿੰਦੇ ਉਹ ਰਸਤੇ 'ਚ ਕਿਸੇ ਆਟੋ 'ਚ ਕਿਸੇ ਰਿਕਸ਼ਾ 'ਚ ਡਿਲੀਵਰ ਕਰ, ਉਹਦੇ ਨਾਲ ਬੈਟਰ ਹੈ ਕਿ ਸਾਡੇ ਹੋਸਪਿਟਲ 'ਚ ਸੇਫਲੀ ਸਾਡੇ ਡਾਕਟਰਸ ਨੇ ਉਹਨੂੰ ਸੰਭਾਲ ਲਿਆ, ਅਤੇ ਮੈਂ ਇਹਨੂੰ ਪੋਜ਼ਿਟਿਵ ਗੱਲ ਮੰਨਦੀ ਹਾਂ। ਮਾਂ ਬੱਚਾ ਦੋਨੇ ਠੀਕ ਨੇ? ਬਿਲਕੁਲ ਤੰਦਰੁਸਤ ਹੈ ਜੀ, ਤੁਸੀਂ ਚਾਹੋ ਤਾਂ ਮਿਲ ਵੀ ਸਕਦੇ ਹੋ, ਅਤੇ ਛੁੱਟੀ ਕੱਲ੍ਹ 48 ਘੰਟੇ ਪੂਰੇ ਹੋ ਜਾਣਗੇ ਜੀ, ਉਹਨਾਂ ਨੂੰ ਦੇਖ ਕੇ ਮੈਡੀਸਨ ਦੇ ਕੇ ਡਿਸਚਾਰਜ ਸਲਿੱਪ ਬਣਾ ਕੇ ਡਾਕਟਰਸ ਤੋਂ ਜੋ ਸਲਾਹ ਹੈ ਦਵਾ ਕੇ ਉਹਨਾਂ ਨੂੰ ਛੁੱਟੀ ਦੇ ਦਿੱਤੀ। ਡਾਕਟਰ ਰੁਚੀ ਸਿੰਘਲਾ। ਅੱਛਾ ਮੈਮ, ਕੱਲ੍ਹ ਇੱਕ ਜਿਹੜੀ ਲੜਕੀ ਜਿਹੜੀ ਪਾਕਿਸਤਾਨ ਜਾ ਰਹੀ ਸੀਗੀ, ਉਸਦੀ ਜਿਹੜੀ ਡਿਲੀਵਰੀ ਹੋਈ ਆ, ਕਿਸ ਤਰ੍ਹਾਂ ਕੰਡੀਸ਼ਨ ਸੀ ਜਾਂ ਕੀ ਉਹਨਾਂ ਨੇ ਰਿਕੁਐਸਟ ਕੋਈ ਲਾਹੌਰ ਕਹਿੰਦੇ ਜਾਣ ਵਾਸਤੇ ਵੀ? ਹਾਂਜੀ, ਇਹ ਲੇਡੀ ਪੰਜਵਾਂ ਬੱਚਾ ਸੀ ਇਹਦਾ, ਦੋ ਪਹਿਲਾਂ ਨੋਰਮਲ ਸੀ, ਦੋ ਅਬੋਰਸ਼ਨ ਸੀਗੇ। ਇਹ ਲੇਬਰ ਪੇਨਸ ਵਿੱਚ ਆਈ, ਆਪਣੇ ਕੋਲ ਇਹਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ, ਐਡਵਾਂਸ ਲੇਬਰ 'ਚ ਸੀਗੀ। ਇਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ, ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ ਦੋ ਘੰਟੇ 'ਚ ਪਹੁੰਚ ਜਾਵਾਂਗੇ, ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ, ਕਿਉਂਕਿ ਇਹਦੇ ਹਸਬੈਂਡ ਪਾਕਿਸਤਾਨੀ ਸੀ, ਆਪ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ, ਅਤੇ ਪਰ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ। ਅਸੀਂ ਤਾਂ ਇਨਸਾਨੀਅਤ ਨੂੰ ਮੱਦੇਨਜ਼ਰ ਰੱਖ ਕੇ ਇਲਾਜ ਕੀਤਾ, ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ, ਇੰਡੀਅਨ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ। 11 ਤਰੀਕ 9:30 ਸਾਡੇ ਪਾਸ ਆਈ ਸੀ, 10 ਫਾਈਲ ਐਡਮਿਸ਼ਨ ਹੋਈ ਹੈ ਇਹਦੀ ਪੇਸ਼ੈਂਟ ਦੀ। ਦੋਨੋਂ ਤੰਦਰੁਸਤ ਨੇ, ਇੱਕ ਤੰਦਰੁਸਤ ਲੜਕੀ ਨੂੰ ਜਨਮ ਦਿੱਤਾ, ਤਕਰੀਬਨ ਟਾਈਮ 2 ਦਾ ਟਾਈਮ ਸੀਗਾ ਦੁਪਹਿਰ ਦੇ। ਬ੍ਰਦਰ ਹਾਂ, ਦੇ ਸੈਡ ਕਿ ਅਸੀਂ ਜਾਣਾ ਚਾਹੁੰਦੇ ਹਾਂ ਲਾਹੌਰ, ਤਾਂ ਕਿ ਇਹਦੀ ਨਾਗਰਿਕਤਾ ਨਾ ਬਦਲੇ ਬੱਚੀ ਦੀ, ਅਤੇ ਪਰ ਇਹ ਮਨਜ਼ੂਰ ਨਹੀਂ ਸੀਗਾ, ਭਗਵਾਨ ਨੂੰ ਇਹ ਮਨਜ਼ੂਰ ਨਹੀਂ ਸੀ। ਮੇਰਾ ਨਾਮ ਜਸਪ੍ਰੀਤ ਹੈ, ਮੈਂ ਸੰਵੇਦਨਾ ਦਾ ਮੈਨੇਜਰ ਹਾਂ। ਸਰ, ਇੱਕ ਪਾਕਿਸਤਾਨ ਦੀ ਲੜਕੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ, ਕਦੋਂ ਕਾਲ ਆਈ ਸੀ ਔਰ ਕਦੋਂ ਕੀ ਹਾਲਾਤ ਹਨ? ਸਰ ਦੇਖੋ, ਸਾਨੂੰ ਕੋਲ ਜਦੋਂ ਵੀ ਆਉਂਦੀ, ਅਸੀਂ ਇਹ ਨਹੀਂ ਦੇਖਦੇ ਕੋਈ ਪਾਕਿਸਤਾਨ ਦਾ ਕੋਈ ਇਸਦਾ, ਕਿਉਂਕਿ ਸਾਡੇ ਲਈ ਤਾਂ ਇਨਸਾਨੀਅਤ ਦੇ ਨਾਤੇ ਅਸੀਂ ਉਹਨੂੰ ਪੇਸ਼ੈਂਟ ਨੂੰ ਚੱਕਣਾ, ਅਤੇ 8:30 ਕੋਈ ਦੇ ਕਰੀਬ ਸਾਨੂੰ ਸਵੇਰੇ ਕਾਲ ਆਈ ਹੈ, ਅਤੇ ਮੇਰੇ ਡਰਾਈਵਰ ਨੇ ਜਦੋਂ ਫੋਨ ਚੱਕਿਆ ਅਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਇਸ ਤਰ੍ਹਾਂ ਕਰਕੇ ਗੱਲ ਹੈ, ਅਤੇ ਵੀ ਢੰਡਾਰੀ ਦੇ ਕੋਲ ਗੱਡੀ ਪਹੁੰਚ ਰਹੀ ਹੈ, ਵੀ 9:15 ਗੱਡੀ ਪਹੁੰਚ ਜਾਏਗੀ, ਅਤੇ ਉਹਦੇ ਵਿੱਚ ਇੱਕ ਡਿਲੀਵਰ ਜਿਹੜੀ ਲੇਡੀ ਹੈ ਉਹਦਾ ਜਿਹੜਾ ਬੇਬੀ ਹੈ ਉਹਦੇ ਲੀਕੇਜ ਵਗੈਰਾ ਹੋ ਗਏ, ਜੋ ਵੀ ਇਹਨਾਂ ਦੇ ਫੰਡਾਮੈਂਟਲ, ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਅਤੇ ਸਾਨੂੰ ਕਾਲ ਆਉਣ ਤੋਂ ਬਾਅਦ ਅਸੀਂ ਮੈਂ 2 ਡਰਾਈਵਰ ਤਾਂ ਭੇਜੇ ਵੀ ਉੱਥੋਂ ਲੇਡੀਜ਼ ਨੂੰ ਲਿਆਉਣ ਦੇ ਵਿੱਚ ਦਿੱਕਤ ਨਾ ਆਵੇ, ਅਤੇ ਉਹ 2 ਡਰਾਈਵਰ ਸਾਡੇ ਜਦੋਂ ਗਏ ਅਤੇ ਉੱਥੇ ਸਾਨੂੰ ਜਾਂਦੇ ਨੇ, ਉੱਥੇ ਡਾਕਟਰ ਵੀ ਇੱਕ ਜਿਹੜੇ ਖੜ੍ਹੇ ਸਨ, ਉਹਨਾਂ ਨੇ ਸਾਨੂੰ ਵੀ ਜਿਹੜਾ ਡਿਲੀਵਰੀ ਦਾ ਸਾਰਾ ਸਿਸਟਮ ਦੱਸ ਕੇ, ਅਤੇ ਸਾਡੇ ਦੋਨੇ ਜਿਹੜੇ ਡਰਾਈਵਰ ਆ ਇੱਥੇ ਲੈ ਕੇ ਆ ਗਏ, 9:30 ਦੇ ਕਰੀਬ ਅਸੀਂ ਉੱਥੋਂ ਲੈ ਕੇ ਆਏ ਹਾਂ ਉਹਨਾਂ ਨੂੰ। ਨਾਲ ਕੌਣ ਕੌਣ ਸੀ ਉਹਨਾਂ ਦੇ ਨਾਲ? ਇੱਕ ਉਹਦਾ ਬ੍ਰਦਰ ਸੀ ਸ਼ਾਇਦ, ਅਤੇ 2 ਉਹਦੇ ਬੱਚੇ ਸੀਗੇ ਨਾਲ ਛੋਟੇ ਛੋਟੇ। ਕਿੱਥੇ ਜਾ ਰਹੇ ਸੀ ਉਹ? ਉਹ ਸ਼ਾਇਦ ਕਰਾਚੀ ਜਾ ਰਹੇ ਸੀਗੇ, ਪਾਕਿਸਤਾਨ ਦਾ ਪਾਸਪੋਰਟ ਸ਼ਾਇਦ ਉਹਨਾਂ ਦਾ ਹੈਗਾ, ਪਰ ਅਸੀਂ ਇਹਦੇ ਵਿੱਚ ਕੋਈ ਉਹ ਨਹੀਂ ਕਰਦੇ, ਕਿਉਂਕਿ ਇਨਸਾਨੀਅਤ ਦੇ ਨਾਲ ਸਾਡੇ ਲਈ ਇਨਸਾਨ ਸਾਰੀ ਇੱਕੋ ਨੇ, ਅਤੇ ਉਹਨਾਂ ਡਿਲੀਵਰ ਕਰਾਉਣ ਲਈ ਅਸੀਂ ਫਿਰ ਇੱਥੇ ਗੱਡੀ ਲਿਆ। ਜਦੋਂ ਵੀ ਇੱਥੇ ਸਿਵਲ ਹੋਸਪਿਟਲ 'ਚ ਲੈ ਕੇ ਆਏ ਲੇਬਰ ਰੂਮ ਦੇ ਵਿੱਚ, ਅਸੀਂ ਪੇਸ਼ੈਂਟ ਛੱਡਣ ਤੋਂ ਬਾਅਦ ਉਹਦੇ ਬ੍ਰਦਰ ਨਾਲ ਸੀਗਾ, ਉਹਦੇ ਬ੍ਰਦਰ ਨੇ ਸਾਰੀ ਜਿਹੜੀ ਵੀ ਡਾਕੂਮੈਂਟੇਸ਼ਨ ਕਰਵਾਈ, ਅਤੇ ਉਦੋਂ ਬਾਅਦ ਉਹਨਾਂ ਨੇ ਵੀ ਜਿਹੜੇ ਸਿਵਲ ਹੋਸਪਿਟਲ ਦੇ ਵਿੱਚ ਬੜਾ ਵੱਡਾ ਯੋਗਦਾਨ ਕਿਹਾ ਜਾ ਰਿਹਾ, ਮਨਾ ਕਰ ਰਹੇ ਸੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਹੀ ਹੈ ਨਾ ਕਰਵਾਵਾਂਗੇ, ਤਾਂ ਪਰ ਉਹਦੀ ਕੰਡੀਸ਼ਨ ਨਹੀਂ ਸੀ ਇੱਥੇ, ਸਾਨੂੰ ਵੀ ਉਹਨਾਂ ਨੇ ਗੱਡੀ ਦੇ ਵਿੱਚ ਸਾਡੇ ਡਰਾਈਵਰ ਨੇ ਜਿਵੇਂ ਦੱਸਿਆ ਹੈਗਾ ਵੀ ਗੱਡੀ ਦੇ ਵਿੱਚ ਬੈਠਣ ਲਈ ਰਾਜੀ ਨਹੀਂ ਸੀ, ਕਿਉਂਕਿ ਉਹ ਚਾਹੁੰਦੇ ਵੀ ਅਸੀਂ ਡਿਲੀਵਰੀ ਜਿਹੜੀ ਆ ਉੱਥੇ ਜਾ ਕੇ ਕਰਵਾਉਣੀ ਹੈ, ਬਟ ਉਹਦੀ ਹਾਲਾਤ ਹੀ ਇਹੋ ਜਿਹੇ ਨਹੀਂ ਸੀਗੇ ਵੀ ਉੱਥੇ ਡਿਲੀਵਰੀ ਜਾ ਕੇ ਕਰਵਾ, ਇੰਨਾ ਟਾਈਮ ਨਹੀਂ ਸੀਗਾ ਉਹਦੇ ਕੋਲ,
ਅਤੇ ਇੱਥੇ ਉਸ ਤੋਂ ਬਾਅਦ ਮੈਨੂੰ ਪਤਾ ਲੇਬਰ ਰੂਮ ਦੇ ਵਿੱਚ ਸਾਡੇ ਜਿਹੜੀ ਹੈ ਸਾਡਾ ਉੱਥੇ ਤੱਕ ਦਾ ਕੰਮ ਹੁੰਦਾ। ਉਸ ਤੋਂ ਬਾਅਦ ਤਾਂ ਡਾਕਟਰਸ ਨੇ, ਇਹ ਵੀ ਬੜੀ ਵੱਡੀ ਗੱਲ ਹੈ ਵੀ ਡਾਕਟਰਸ ਨੇ ਆਪ ਇਸ ਨੂੰ ਦੇਖਿਆ ਅਤੇ ਹਾਂਜੀ ਹਾਂਜੀ ਬੇਬੀ ਸਾਨੂੰ ਅੱਜ ਸੁਣਨ ਨੂੰ ਮਿਲਿਆ ਵੀ ਉਹਦੇ ਬੇਬੀ ਗਰਲ ਹੋਈ ਹੈ ਕੱਲ੍ਹ, ਅਤੇ ਚਲੋ ਜੋ ਵੀ ਪਰਮਾਤਮਾ ਨੂੰ ਮਨਜ਼ੂਰ ਹੈ। ਪਹਿਲਾਂ ਵੀ ਉਹਦੀ ਸ਼ਾਇਦ ਦੋ ਗੁੜੀਆਂ ਹੀ ਸੀਗੀਆਂ ਜਿਹੜੀਆਂ ਉਹਦੇ ਨਾਲ ਆਈਆਂ ਸੀਗੀਆਂ।